ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਦਾ ਇੱਕ ਕਾਰਡ ਬਣਦਾ ਹੈ ਬਈ ਆਹ ਟੀਕਾ 1 ਸਾਲ ਬਾਅਦ ਲੱਗੂਗਾ, ਉਹ ਟੀਕਾ 2 ਸਾਲ ਬਾਅਦ ਲੱਗੂਗਾ, ਆਹ 5 ਸਾਲ ਬਾਅਦ ਲੱਗੂਗਾ। ਅਗਰ ਉਹਨੂੰ ਸਹੀ ਟਾਈਮ ਸਿਰ ਲਾਉਂਗੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਬੱਚੇ ਨੂੰ ਬਿਮਾਰੀ ਤੋਂ ਦੂਰ ਰੱਖੇਗਾ। ਲੇਕਿਨ ਅਗਰ ਉਹੀ ਟੀਕਾ ਅਸੀਂ 15 ਸਾਲ, 10 ਸਾਲ, 20 ਸਾਲ ਬਾਅਦ ਲਾਈਏ ਤਾਂ ਕਿਆ ਉਹ ਟੀਕਾ ਕੰਮ ਕਰੇਗਾ? ਅਤੇ ਗੱਲ ਇੱਕ ਹੋਰ ਆ ਰਹੀ ਵੀ ਨਸ਼ੇ ਦੇ ਵਿੱਚ ਜੀ ਪੰਜਾਬ ਪੁਲਿਸ ਆਪਣਾ ਫਰਜ਼ ਨਹੀਂ ਜਿਹੜਾ ਨਿਭਾ ਪਾਈ, ਆਰਮੀ ਲੱਗਣੀ ਚਾਹੀਦੀ ਹੈ, ਪਰ ਇਹ ਹੋ ਸਕਦਾ ਸੰਭਵ ਹੈ ਕਿ ਨਹੀਂ ਜੀ? ਆਪਣੇ ਡਿਸਟ੍ਰਿਕਟ ਵਿੱਚ ਆਪਣੇ ਇੱਕ ਸਿਪਾਹੀ ਦੀ ਪੋਸਟ ਹੈ, ਉੱਥੇ ਲਾ ਦਿੱਤੀ। ਹਾਂਜੀ, ਉਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਉਹਨੂੰ ਕਿਹਾ, ਉਹਨੂੰ ਜਿਹੜੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਕਿਸੇ ਦੀ ਕੋਈ ਕੋਈ ਗਲਤੀ ਕੰਮ ਕਰ ਗਲਤ ਕੰਮ ਕਰਦਾ, ਅਗਰ ਉਹਨੂੰ ਪਕੜਦੇ ਪੁਲਿਸ ਤਾਂ ਉਹ ਤਾਂ ਉਹਨਾਂ ਨੂੰ ਛਲਾਉਣੇ ਵਿੱਚ ਰਹਿੰਦਾ, ਯਾਰ ਇਹਨੂੰ ਛੱਡ ਦਿਓ, ਇਹ ਸਾਡਾ ਆਪਣਾ ਬੰਦਾ ਹੈ। ਕਾਨੂੰਨ ਉੱਪਰ ਤੋਂ ਬਣਦੇ ਆ ਜਾਂ ਕਿਵੇਂ ਥੱਲੇ ਤੋਂ ਬਣਦੇ ਆ ਜੀ? ਕਾਨੂੰਨ ਮੇਰੇ ਖਿਆਲ ਦੇ ਮੁਤਾਬਕ ਕਾਨੂੰਨ ਨੀਚੇ ਤੋਂ ਬਣਦਾ ਜੀ। ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੁਸੀਂ ਅਤੇ ਮੈਂ ਜਗਦੀਪ ਸਿੰਘ ਥਲੀ, ਸਵਾਗਤ ਹੈ ਸਾਰਿਆਂ ਦਾ। ਪੰਜਾਬ ਦੇ ਵਿੱਚ ਗੱਲ ਇਸ ਵੇਲੇ ਨਸ਼ੇ ਦੀ ਹੋ ਰਹੀ ਹੈ। ਕਾਲਾ ਹਫ਼ਤਾ ਮਨਾ ਕੇ ਹਟਿਆ ਨਸ਼ੇ ਦੇ ਖਿਲਾਫ, ਅਤੇ ਵੱਖ ਵੱਖ ਦਲੀਲਾਂ, ਵੱਖ ਵੱਖ ਵਿਚਾਰ ਆਏ, ਵੱਖ ਵੱਖ ਵੀਡੀਓਜ਼ ਆਈਆਂ, ਜਿਹਦੇ ਵਿੱਚ ਅਸੀਂ ਦੇਖਿਆ ਕਿ ਨਸ਼ੇ ਦੇ ਖਿਲਾਫ ਲੋਕ ਜਾਗਣੇ ਸ਼ੁਰੂ ਹੋਏ। ਗੱਲ ਅੱਜ ਨਸ਼ੇ ਦੀ ਵੀ ਕਰਾਂਗੇ, ਗੱਲ ਅੱਜ ਪੰਜਾਬ ਦੇ ਨੌਜਵਾਨਾਂ ਦੀ ਵੀ ਕਰਾਂਗੇ ਕਿ ਕੀ ਕਾਰਨ ਹੈ ਪੰਜਾਬ ਦੇ ਜਿਹੜੇ ਨੌਜਵਾਨ ਕਦੇ ਆਰਮੀ ਦੇ ਵਿੱਚ ਪਹਿਲੀ ਵਾਰ ਹੀ ਸਿਲੈਕਟ ਹੋ ਜਾਂਦੇ ਸੀ, ਅੱਜ ਉਹਨਾਂ ਨੂੰ 3-3, 4-4 ਵਾਰ ਫਿਜ਼ੀਕਲੀ ਫਿਟਨੈਸ ਦੇ ਲਈ ਜਾਣਾ ਪੈਂਦਾ, ਕਈ ਮੈਡੀਕਲ ਦੇ ਵਿੱਚ ਬਾਹਰ ਆ ਜਾਂਦੇ ਨੇ, ਕਾਰਨ ਕੀ ਨੇ? ਅਤੇ ਗੱਲਬਾਤ ਅੱਜ ਕਰਾਂਗੇ ਸੂਬੇਦਾਰ ਸਰਦਾਰ ਨਿਰਮਲ ਸਿੰਘ ਜੀ ਦੇ ਨਾਲ, ਜਿਹੜੇ ਆਰਮੀ ਦੇ ਵਿੱਚ ਸੂਬੇਦਾਰ ਰਹੇ ਅਤੇ ਕਮਾਲ ਦੀਆਂ ਗੱਲਾਂ ਕਰਦੇ ਨੇ, ਅੱਛੇ ਵਿਚਾਰ ਹੁੰਦੇ ਨੇ, ਇਸ ਲਈ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ। ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ। ਅਤੇ ਸੂਬੇਦਾਰ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਅੱਜ ਦਾ ਨੌਜਵਾਨ ਕਾਰਨ ਕੀ ਬਣਿਆ ਕਿ ਆਰਮੀ ਦੇ ਵਿੱਚ ਜਾਣੋ ਰਹਿ ਰਿਹਾ ਕਿਤੇ ਨਾ ਕਿਤੇ, ਹਰਿਆਣੇ ਦੇ ਮੁਕਾਬਲੇ ਜਾਂ ਦੂਜੇ ਸੂਬੇ ਦੇ ਮੁਕਾਬਲੇ ਜੀ? ਉਹਦੇ ਵਿੱਚ ਸਭ ਤੋਂ ਵੱਡੇ ਕਾਰਨ ਇਹ ਆ ਜੀ, ਅਸੀਂ ਬੇਸਿਕ ਚੀਜ਼ ਤੋਂ ਪਕੜਦੇ ਹਾਂ ਸਕੂਲ ਤੋਂ ਹੀ। ਹਾਂਜੀ, ਜਦੋਂ ਸਕੂਲ 'ਚ ਬੱਚਾ ਫਿਜ਼ੀਕਲੀ ਤੌਰ 'ਤੇ ਟ੍ਰੇਨਡ ਕਰਦੇ ਹਾਂ, ਕਿਉਂਕਿ ਆਰਮੀ ਦਾ ਬੇਸ ਹੈਗਾ ਫਿਜ਼ੀਕਲੀ ਫਿਟਨੈਸ। ਹਾਂਜੀ, ਜਦੋਂ ਸਕੂਲ 'ਚ ਬੰਦਾ 10+2 ਜਾਂ 10 ਵਿੱਚ ਪੜ੍ਹਦਾ ਹੁੰਦਾ ਹੈ ਜੀ, ਤਾਂ ਉਸ ਸਮੇਂ ਜਿਹੜੇ ਪਹਿਲੇ ਅੱਜ ਤੋਂ 10-20 ਸਾਲ 30 ਸਾਲ ਪਹਿਲੇ ਜੀ, ਉਸ ਸਮੇਂ ਜੋ ਸਕੂਲ ਦੇ ਟੀਚਰ ਹੁੰਦਾ ਤਾ, PT ਹੁੰਦਾ ਤਾ, DP ਹੁੰਦਾ ਤਾ, ਉਹ ਕਿਆ ਕਰਦੇ ਤੇ ਜਿਹੜੇ ਅੱਛੇ ਸਕੂਲ ਦੇ ਬੱਚੇ ਹੁੰਦੇ ਆ ਨੌਜਵਾਨ, ਉਹਨਾਂ ਨੂੰ ਆਪਣੇ ਸ਼ਾਮ ਦੇ ਟਾਈਮ ਸਕੂਲ ਆਫ ਟਾਈਮ ਤੋਂ ਬਾਅਦ ਉਹ ਗਰਾਊਂਡ ਵਿੱਚ ਬੁਲਾ ਕੇ ਸ਼ਾਮ ਨੂੰ ਖੁਦ ਗੇਮਾਂ ਕਰਾਉਂਦੇ ਹੁੰਦੇ ਸੀ। ਇਹ ਸਾਡੇ ਆਪਣੇ ਸਕੂਲਾਂ ਦੀ ਵੀ, ਗੌਰਮੈਂਟ ਸਕੂਲਾਂ ਦੀਆਂ ਗੱਲਾਂ, ਕਿਉਂਕਿ ਉਸ ਸਮੇਂ ਜ਼ਿਆਦਾ ਗੌਰਮੈਂਟ ਸਕੂਲ ਹੀ ਹੋਇਆ ਕਰਦੇ। ਹਾਂਜੀ ਹਾਂਜੀ, ਉਹ ਸ਼ਾਮ ਨੂੰ ਫਿਰ ਬੱਚੇ ਕਿਆ ਕਰਦੇ, ਡਿਸਿਪਲਿਨ ਲਾਈਫ ਦੇ ਵਿੱਚ ਖੇਡਦੇ ਸੀ, ਪੜ੍ਹਦੇ ਵੀ, ਖੇਡਦੇ, ਫਿਜ਼ੀਕਲੀ ਫਿੱਟ, 2-3 ਘੰਟੇ ਉਹਨਾਂ ਨੂੰ ਪੂਰੇ ਜ਼ੋਰ ਨਾਲ ਪੜ੍ਹਾਉਂਦੇ ਸੀ, ਖਿਲਾਉਂਦੇ ਸੀ। ਉਸ ਤੋਂ ਬਾਅਦ ਕਿਆ ਹੁੰਦਾ ਜੀ, ਫਿਰ ਸ਼ਾਮ ਨੂੰ ਜਦੋਂ ਬੱਚਾ ਥੱਕ ਜਾਂਦਾ ਹੈ ਜਾਂ ਕਰਦਾ, ਇੱਕ ਤਾਂ ਸ਼ਾਮ ਨੂੰ ਜਾ ਕੇ ਨਹਾ ਧੋ ਕੇ ਆਪਣੇ, ਸ਼ਾਮ ਨੂੰ ਅਗਰ ਪੜ੍ਹਨਾ ਉਸਨੇ, ਪੜ੍ਹਨ ਨੂੰ ਦਿਲ ਕਰਦਾ ਤਾਂ ਉਹ ਪੜ੍ਹਾਈ ਵੀ ਕਰਦਾ, ਅਤੇ ਨਹੀਂ ਤਾਂ ਆਰਾਮ ਨਾਲ ਸੌਂ ਜਾਂਦਾ। ਅੱਜ ਕੱਲ੍ਹ ਕਿਆ ਹੈ,
ਇਹਨਾਂ ਬੱਚਿਆਂ ਦਾ ਧਿਆਨ ਇੰਨੀ ਫਿਜ਼ੀਕਲੀ ਫਿੱਟ ਮੈਂ ਕੋਈ ਅੰਡਰ ਕਮਾਂਡ ਦੇ ਨੀਚੇ ਇਹਨਾਂ ਦੀ ਟ੍ਰੇਨਿੰਗ ਨਹੀਂ ਹੋ ਰਹੀ। ਖੁੱਲ੍ਹਮ ਖੁੱਲ੍ਹੇ ਕੋਈ ਪੰਚਾਇਤੀ ਟੂਰਨਾਮੈਂਟ ਹੋ ਗਏ, ਕੋਈ ਹੋ ਗਏ, ਬੱਚੇ ਆਪ ਖੇਡਦੇ ਆ, ਉਹ ਚਾਹੇ ਡਿਸਿਪਲਨ ਲਾਈਫ ਵਿੱਚ ਖੇਡਾ ਚਾਹੇ ਇਨਡਿਸਿਪਲਨ ਲਾਈਫ ਵਿੱਚ ਖੇਡਾ, ਉਹ ਉਨੇ ਕਾਮਯਾਬ ਨਹੀਂ ਹੋ ਪਾ ਰਹੇ। ਹਰੇਕ ਬੱਚੇ ਨੂੰ ਇੱਕ ਕੋਚਿੰਗ ਬੇਸਿਕ ਛੋਟੇ ਲੈਵਲ 'ਤੇ ਕੋਚਿੰਗ ਬਹੁਤ ਜ਼ਰੂਰੀ ਹੈ। ਜੋ ਬੱਚੇ ਦੀਆਂ ਆਦਤਾਂ ਬਚਪਨ ਵਿੱਚ ਬਣ ਜਾਂਦੀਆਂ ਨਾ, ਉਹ ਫਿਰ ਵੱਡਾ ਹੋ ਕੇ ਨਹੀਂ ਬਣਦੀਆਂ, ਕਿਉਂਕਿ ਬੱਚੇ ਨੂੰ 10 ਸਾਲ ਦੀ ਉਮਰ ਤੋਂ ਘੱਟ ਚਾਹੇ ਉਹਨੂੰ ਮਾਰੋ, ਚਪੇੜ ਮਾਰੋ, ਚਾਹੇ ਉਹਨੂੰ ਡਰਾਓ, ਚਾਹੇ ਕੁਛ ਵੀ ਕਰੋ, ਉਹਦੇ ਨਾਲ ਉਹ ਬੱਚਾ ਸਮਝ ਜਾਂਦਾ। ਗੱਲ ਤੁਸੀਂ ਮਾਰ ਕੁਟਾਈ ਦੀ ਕੀਤੀ ਹੈ, ਹਾਂਜੀ, ਚਟੋਕਰੇ, ਪਰ ਅੱਜ ਦੇ ਮਾਂ ਬਾਪ ਹੀ ਆਪਣੇ ਬੱਚੇ ਦੀ ਕੋਈ ਥੱਪੜ ਨਹੀਂ ਚੱਲਦਾ ਜੀ, ਫੱਟ ਆ ਜਾਂਦੇ ਜੀ ਬੱਚੇ ਕੋਲ, ਇਸੇ ਮਾਪੇ ਕੀ ਕਰਨ, ਇਸੇ ਕਰਕੇ ਉਹ ਬੱਚੇ ਉਹ ਮਾਂ ਬਾਪ ਉਹਨਾਂ ਦੇ ਰਿਜ਼ਲਟ ਭੁਗਤ ਰਹੇ ਆ। ਇਹਨਾਂ ਦਾ ਤੁਹਾਨੂੰ ਮੈਂ ਡਿਟੇਲ ਦੱਸ ਅੱਗੇ ਦੱਸਦਾ ਜੀ ਆ ਕੇ, ਕਿ ਜਦੋਂ ਉਹ ਬੱਚਾ ਫਿਰ ਉਹਨੂੰ ਦੱਸਦੇ ਆ ਮਾਰ ਕੁਟਾਈ ਮਾਰ ਕੇ, 10 ਸਾਲ ਦੀ ਉਮਰ ਤੋਂ ਬਾਅਦ ਜਦੋਂ ਬੱਚਾ ਸਮਝਣ ਲੱਗ ਜਾਂਦਾ ਕਿ ਮਾਰ ਦਾ ਮਤਲਬ ਕੀ ਹੈ, ਇਹ ਜਾਂ ਕਿਉਂ ਮੈਨੂੰ ਮਾਰ ਰਿਹਾ, ਮੇਰੀ ਗਲਤੀ ਕੋਈ ਨਹੀਂ ਸੀ ਹੈਗੀ, ਉਹ ਫਿਰ ਉਹ ਬੱਚਾ ਡਰਦਾ ਨਹੀਂ, ਫਿਰ ਉਹਨੂੰ ਅੱਖ ਦੀ ਘੂਰ ਨਾਲ ਉਹਨੂੰ ਡਰਾਇਆ ਜਾਂਦਾ ਕਿ ਉਹਨੂੰ ਉਹਦੇ ਮਨ ਵਿੱਚ ਪਹਿਲਾਂ ਡਰ ਪਾ ਦਿਉ ਤਾਂ ਕਿ ਬੜਾ ਹੋ ਕੇ ਉਹਦੇ ਮਨ ਵਿੱਚ ਡਰ ਰਹੇ ਕਿ ਮੇਰੇ ਮਾਂ ਬਾਪ ਨੇ ਅਗਰ ਮੈਂ ਗਲਤ ਕੰਮ ਕਰਿਆ ਜਾਂ ਨਸ਼ਾ ਕਰਿਆ ਜਾਂ ਕੁਛ ਕਰਿਆ ਤਾਂ ਮੈਨੂੰ ਮੇਰੇ ਮਾਂ ਬਾਪ ਮਾਰੂੰਗੇ। ਅਗਰ ਇਹ ਸਾਰੀ ਚੀਜ਼ 10 ਸਾਲ ਦੀ ਉਮਰ ਤੋਂ ਘੱਟ ਕਰੀ ਜਾਂਦੀ ਹੈ, ਫੋਰ ਐਗਜ਼ਾਮਪਲ ਕਿ ਅਗਰ ਇੱਕ ਤੁਸੀਂ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਦਾ ਇੱਕ ਕਾਰਡ ਬਣਦਾ ਹੈ ਕਿ ਹਾਂ ਟੀਕੇ ਦਾ, ਬਈ ਆਹ ਟੀਕਾ 1 ਸਾਲ ਬਾਅਦ ਲੱਗੂਗਾ, ਉਹ ਟੀਕਾ 2 ਸਾਲ ਬਾਅਦ ਲੱਗੂਗਾ, ਆਹ 5 ਸਾਲ ਬਾਅਦ ਲੱਗੂਗਾ। ਲੇਕਿਨ ਅਗਰ ਉਹ ਟੀਕਾ ਸੀ ਸਹੀ ਤਾਂ ਉਹ ਅਗਰ ਉਹਨੂੰ ਸਹੀ ਟਾਈਮ ਸਿਰ ਲਾਉਂਗੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਬੱਚੇ ਨੂੰ ਬਿਮਾਰੀ ਤੋਂ ਦੂਰ ਰੱਖੇਗਾ ਜਾਂ ਉਹਨੂੰ ਬਿਮਾਰੀਆਂ ਤੋਂ ਬਚਾਏਗਾ। ਲੇਕਿਨ ਅਗਰ ਉਹੀ ਟੀਕਾ ਅਸੀਂ 15 ਸਾਲ 10 ਸਾਲ 20 ਸਾਲ ਬਾਅਦ ਲਾਈਏ ਤਾਂ ਕਿਆ ਉਹ ਟੀਕਾ ਕੰਮ ਕਰੇਗਾ, ਤੁਸੀਂ ਦੱਸੋ? ਕਿਤੇ ਨਾ ਕਿਤੇ ਹੁਣ ਵੀ ਟੀਕਾ ਸਹੀ ਲੱਗਿਆ ਨਹੀਂ ਉਮਰ, ਹਾਂ ਬਈ ਇਹਨੂੰ ਸਹੀ ਟਾਈਮ ਸਿਰ ਇਹ ਟੀਕਾ ਇਹਨੂੰ ਲੱਗਿਆ ਨਹੀਂ, ਅਸੀਂ ਉਸ ਆਪਣੇ ਬੱਚੇ ਨੂੰ ਸਹੀ ਟਾਈਮ ਸਿਰ ਸਮਝਾਇਆ ਹੀ ਨਹੀਂ। ਉਦੋਂ ਅਸੀਂ ਅੰਗੇਜ਼ ਰਹੇ ਵੀ ਜਦ ਬੱਚਾ ਆਇਆ ਹੈ ਇਹਨੂੰ ਕਿਆ ਕਹਿਣਾ, ਲੇਕਿਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੁਕਸਾਨ ਕਰਦਾ। ਹੁਣ ਨਸ਼ਿਆਂ ਦੇ ਕਹਿੰਦੇ ਆ, ਜਦੋਂ ਬੱਚਿਆਂ ਨੂੰ ਅਸੀਂ ਬਚਪਨ ਵਿੱਚ ਕਿਸੇ ਧਾਰਮਿਕ ਸਥਾਨ ਨਾਲ ਜੋੜਾਂਗੇ, ਗੁਰਦੁਆਰੇ ਜਾਣ ਦੀ ਆਦਤ ਪਾਵਾਂਗੇ, ਗ੍ਰਾਮ ਸਭ ਪਾਠ ਸਿਖਾਵਾਂਗੇ, ਚੰਗੀਆਂ ਆਦਤਾਂ ਦੇ ਬਾਰੇ ਬਰੀਫ ਦੱਸਾਂਗੇ, ਉਹ ਬੱਚਾ ਦੀਆਂ ਬਚਪਨ ਦੀਆਂ ਆਦਤਾਂ ਬਣ ਜਾਂਦੀਆਂ, ਫਿਰ ਉਹਨੂੰ ਥੋੜ੍ਹਾ ਜਿਹਾ ਹੋ ਜਾਂਦਾ। ਅਗਰ ਉਹੀ ਗੱਲਾਂ ਅਸੀਂ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਜਾ ਕੇ ਦੱਸਾਂਗੇ, ਉਹ ਬੱਚਾ ਸਮਝਦਾ ਨਹੀਂ ਹੈਗਾ। ਤੁਸੀਂ ਆਦਤਾਂ ਦੀ ਗੱਲ ਕੀਤੀ ਹੈ, ਮੇਰਾ ਖਿਆਲ ਉਹ ਵਾਲੇ ਜਿਹੜੇ ਮਾਂ ਬਾਪ ਸੀਗੇ ਜਾਂ ਫਿਰ ਉਹ ਦਾਦੀਆਂ ਸੀਗੀਆਂ ਜਿਹੜੀਆਂ ਬਾਤਾਂ ਸੁਣਾਏ ਕਰਦੀਆਂ ਸੀ, ਹਾਂਜੀ, ਬਹਾਦੁਰ ਸਿੰਘਾਂ ਦੀਆਂ, ਬਹਾਦੁਰ ਲੋਕਾਂ ਦੀਆਂ, ਉਹ ਮੇਰਾ ਖਿਆਲ ਕਿਤੇ ਅਲੋਪ ਹੋ ਗਈਆਂ ਜਾਂ ਫਿਰ ਉਹਨਾਂ ਦੀ ਪੀੜ੍ਹੀ ਖਤਮ ਹੋ ਗਈ ਹੈ ਹੁਣ ਦੀਆਂ। ਮੈਂ ਕਹਿੰਦਾ ਮਾਵਾਂ ਨੂੰ ਖੁਦ ਨਹੀਂ ਪਤਾ, ਸ਼ਾਇਦ ਇਹ ਕਾਰਨ ਹੋ ਸਕਦਾ। ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਜੀ, ਇਹ ਗੱਲ ਇਸ ਕਰਕੇ ਵੀ ਸਹੀ ਹੈ, ਇੱਕ ਅਸੀਂ ਸਭ ਤੋਂ ਵੱਡੀ ਗੱਲ ਤਾਂ ਚਾਹੇ ਉਹ ਔਰਤ ਹੈ, ਚਾਹੇ ਉਹ ਆਦਮੀ ਆ, ਚਾਹੇ ਉਹ ਬੱਚਾ ਹੈ, ਉਹ ਸਮੇਂ ਦੀ ਕਦਰ ਨਹੀਂ ਕਰ ਰਿਹਾ, ਸਮੇਂ ਨੂੰ ਇਸ ਤਰ੍ਹਾਂ ਸਮਝ ਰਿਹਾ ਹੈ ਜਿਕਣ ਕਿ ਪਰਮਾਤਮਾ ਨੇ ਆਇਆ 50 ਸਾਲ ਦੀ ਉਮਰ ਪਰਮਾਤਮਾ ਨੇ ਲਿਖ ਕਰਕੇ ਪਰਾਂ ਚਲੇ ਗਏ। ਲੇਕਿਨ ਸਾਨੂੰ ਹਰ ਟਾਈਮ ਸਮੇਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਆ। ਇੱਕ ਮਾਂ ਜਿੰਨਾ ਸਮਾਂ ਆਪਣਾ ਟੀ ਵੀ ਵੇਸਟ ਕਰਨੇ ਪਰ ਦੇਖਣੇ ਪਰ ਜਾਂ ਹੋਰ ਕਰਨੇ ਪਰ, ਪਹਿਲਾਂ ਮਾਵਾਂ ਹੁੰਦੀਆਂ ਸੀਆਂ, ਉਹ ਟਾਈਮ ਜੋ ਵੇਸਟ ਕਰ ਰਹੀ ਹੈ ਨਾ, ਉਹ ਉਹਨੂੰ ਵੇਸਟ ਨਹੀਂ ਕਰਨਾ ਚਾਹੀਦਾ, ਉਹਨੂੰ ਚੰਗੇ ਕੰਮ ਪਰ ਲਾਉਣਾ ਚਾਹੀਦਾ। ਔਰ ਸਾਨੂੰ ਸ਼ਾਮ ਨੂੰ ਹਰ ਇਨਸਾਨ ਨੂੰ ਆਪਣੇ ਬੱਚੇ ਨੂੰ ਇੱਕ ਆਦਤ, ਮਾਂ ਬਾਪ ਨੂੰ ਆਪਣੀ ਆਦਤ ਕਿ ਅੱਜ ਸਵੇਰੇ
ਪਹਿਲਾਂ ਮਾਵਾਂ ਹੁੰਦੀਆਂ ਸੀਆਂ ਕਿ ਸਵੇਰੇ 4 ਵਜੇ ਉੱਠਦੀਆਂ ਤੀਆਂ, ਹਾਂਜੀ, ਉਹ 6 ਵਜੇ ਤੱਕ ਆਪਣਾ ਸਾਰਾ ਕੰਮ ਖਤਮ ਕਰ ਲੈਂਦੀਆਂ ਤੀਆਂ ਜੀ, ਗੁਰਬਾਣੀ ਦਾ ਪਾਠ ਵੀ ਕਰ ਲੈਣਾ ਉਹਨਾਂ ਨਾਲ, ਸਭ ਕੁਝ ਕਰ ਲੈਣਾ, ਹੁਣ ਉਸ ਤੋਂ ਬਾਅਦ ਆਪਣੀ ਕਿਰਤ ਕਰਦੇ ਸੀ। ਲੇਕਿਨ ਹੁਣ ਅੱਜ ਕੱਲ੍ਹ ਇਹ ਉਲਟਾ ਹੈ, 7 ਵਜੇ 6 ਵਜੇ ਉੱਠੂਗੇ ਬੱਚੇ, ਉਹ ਤੋਂ ਬਾਅਦ ਫਿਰ ਪਾਠ ਗੁਟਕਾ ਲੈ ਕੇ ਬੈਠ ਜਾਂਦੇ ਆ, ਫਿਰ ਉਹ 10-11 ਵਜੇ ਤੱਕ ਪਾਠ ਕਰੂੰਗੇ। ਉਹ ਉਨਾ ਸਮਾਂ ਅਸੀਂ ਕਿਰਤ ਦਾ ਕੱਟ ਰਹੇ ਆਪਣਾ, ਜੋ ਸਾਡੀ ਕਿਰਤ ਵਿੱਚ ਕਰਨਾ ਕੰਮ ਕਰਨਾ ਸੀ, ਕੰਮ ਵਿੱਚ ਕਰਨਾ ਸੀ, ਜਿਹਨਾਂ ਸਾਨੂੰ ਇਨਕਮ ਦੇਣੀ ਆ, ਕੰਮ ਨਾ ਇਨਕਮ ਕੰਮ ਨਾ ਦੇਣੀ ਆ ਤੁਹਾਨੂੰ। ਮੇਰੇ ਖਿਆਲ ਨਾਲ ਉਹਦਾ ਕਾਰਨ ਇਹ ਵੀ ਹੈ ਵੀ ਜਿਹੜੇ ਸਾਡੇ ਵਿਰਾਸਤੀ ਕੰਮ ਸੀਗੇ, ਜਿਵੇਂ ਕਹਿ ਲਈ ਵੀ ਲੱਸੀ ਰਿੜਕਣੀ, ਮੱਝਾਂ ਚੋਣਾ, ਉਹ ਲੋਪ ਹੋ ਗਏ, ਉਹ ਖਤਮ ਹੋ ਗਏ, ਕਿਉਂਕਿ ਉਸੇ ਕਾਰਨ ਉੱਠਦੇ ਸੀ, ਉਸੇ ਕਾਰਨ ਉੱਠਦੇ ਸੀ। ਹਾਂ, ਅੱਜ ਉਹ ਹੈ ਨਹੀਂ ਰਹੇ, ਉਹ ਅੱਜ ਹੈ ਨਹੀਂ ਰਹੇ, ਉਹ ਬੇਸ਼ੱਕ ਸਮਾਂ ਕਲੋਜ਼ ਹੋ ਗਿਆ ਹੈ, ਲੇਕਿਨ ਉਹ ਸਮਾਂ ਜੋ ਅਸੀਂ ਬਚਾਇਆ ਹੈ ਜੀ, ਜਾਂ ਅਸੀਂ ਇਲੈਕਟ੍ਰੋਨਿਕ ਮਸ਼ੀਨ ਦੇ ਨਾਲ ਬਚਾ ਲਿਆ, ਲੱਸੀ ਰਿੜਕਣੇ ਵਾਲੀ ਉਹ ਆਪਣੀ ਮਸ਼ੀਨ ਲਾ ਲਈ ਰਿੜਕਣੇ ਦੀ ਬਜਾਏ, ਉਹ ਸਮਾਂ ਜੋ ਬਚਿਆ ਉਹਨੂੰ ਅਸੀਂ ਫਾਲਤੂ ਕੰਮਾਂ ਪਰ ਤਾਂ ਖਰਚ ਦਿੱਤਾ, ਲਿਖੇ ਕਿਸੇ ਨੇਕ ਕੰਮ ਪਰ ਖਰਚਿਆ ਨਹੀਂ ਹੈਗਾ। ਇਹ ਉਹਦਾ ਇਹੀ ਆ ਕਿ ਅਗਰ ਉਹੀ ਸਮਾਂ ਅਸੀਂ ਆਪਣੇ ਬੱਚੇ ਨੂੰ ਉਸ ਸਮੇਂ ਉਠਾਲ ਦੇ ਜਾਂ ਉਹਨੂੰ ਗਰਾਊਂਡ ਵਿੱਚ ਭੇਜ ਦੇ ਵੀ ਜਾ ਕੇ ਮੋਰਨਿੰਗ ਵਰਕ ਕਰਕੇ ਜਲਦੀ ਉੱਠ ਜਾਂ ਸਵੇਰੇ ਇਹ ਕੰਮ ਕਰ, ਤਾਂ ਉਹ ਬੱਚਾ ਕਿਸੇ ਅੱਛੀ ਸਾਈਡ ਪਰ ਜਾ ਸਕਦਾ ਸੀ। ਬੱਚੇ ਨੂੰ ਫਿਜੀਕਲੀ ਤਾਂ ਅਸੀਂ ਟ੍ਰੇਨਿੰਗ ਹੀ ਨਹੀਂ ਦੇ ਰਹੇ, ਕੋਈ ਵੀ ਨਹੀਂ ਦੇ ਰਿਹਾ, ਨਾ ਮਾਂ ਬਾਪ ਇਹ ਕੋਈ ਕੰਮ ਨੂੰ ਕਰ ਰਿਹਾ, ਨਾ ਅੱਗੇ ਕੋਈ ਟੀਚਰ ਇੰਨਾ ਉਹ ਕਰ ਰਿਹਾ, ਸਿਰਫ ਕੋਚ ਆ ਜਦੋਂ ਬੱਚਾ ਖੇਡਦੇ ਖੇਡਦੇ ਕਿਤੇ ਕਾਲਜ ਵਿੱਚ ਜਾ ਕੇ ਉਹ ਵੀ 20-22 ਸਾਲ ਬਾਅਦ ਆਪਣੀ ਉਹਦੇ ਵਿੱਚ ਜਾਏਗਾ ਤਾਂ ਫਿਰ ਉਹ ਆਪਣੀ ਕੋਸ਼ਿਸ਼ ਕਰੇਗਾ ਉਸ ਸਮੇਂ ਉਹ ਉਹਨੂੰ ਜੋ ਬੈਨੀਫਿਟ 2-4 ਸਾਲ ਵਿੱਚ ਕਿਆ ਬੈਨੀਫਿਟ ਮਿਲਣਾ ਜਦੋਂ ਉਹਨੂੰ ਬਚਪਨ ਤੋਂ ਹੀ ਬੈਨੀਫਿਟ ਨਹੀਂ ਮਿਲਿਆ। ਠੀਕ ਹੈ, ਇਹ ਗੱਲ ਠੀਕ ਹੈ। ਅਤੇ ਗੱਲ ਇੱਕ ਹੋਰ ਆ ਰਹੀ ਵੀ ਨਸ਼ੇ ਦੇ ਵਿੱਚ ਜੀ ਪੰਜਾਬ ਪੁਲਿਸ ਆਪਣਾ ਫਰਜ਼ ਨਹੀਂ ਜਿਹੜਾ ਨਿਭਾ ਪਾਈ, ਆਰਮੀ ਲੱਗਣੀ ਚਾਹੀਦੀ ਹੈ, ਪਰ ਇਹ ਹੋ ਸਕਦਾ ਸੰਭਵ ਹੈ ਕਿ ਨਹੀਂ ਜੀ? ਇਹ ਇਸ ਤਰ੍ਹਾਂ ਹੈ, ਆਰਮੀ ਸਿਵਲ ਵਿੱਚ ਨਹੀਂ ਆ ਸਕਦੀ, ਇਹਦਾ ਇੱਕ ਬਹੁਤ ਬੜੇ, ਕਿਉਂਕਿ ਆਰਮੀ ਦੀਆਂ ਆਪਣੀਆਂ ਡਿਊਟੀਆਂ ਬਹੁਤ ਹੈ, ਬਾਹਰ ਬਾਰਡਰ 'ਤੇ ਡਿਊਟੀ ਹੈ, ਬਾਰਡਰ 'ਤੇ ਰਿਸਪੋਂਸੀਬਿਲਟੀਜ਼ ਹੈ, ਇੱਕ ਜਵਾਨ ਉਹਦੀ 24 ਘੰਟੇ ਡਿਊਟੀ ਤਾਂ ਪਹਿਲਾਂ ਹੀ ਉੱਥੇ ਤੰਗ ਰਹਿੰਦਾ, ਜਦੋਂ ਉਹ ਸਿਵਲ ਵਿੱਚ ਆ ਸਿਵਲ ਦੇ ਨਾਲ ਫਿਰ ਸਿਵਲ ਨੂੰ ਉਹਦਾ ਭੈ ਨਹੀਂ ਰਹੇਗਾ, ਇੰਨਾ ਡਰ ਨਹੀਂ ਰਹੇਗਾ ਸਿਵਲ ਦੇ ਮਨ ਵਿੱਚ। ਇੱਕ ਆਰਮੀ ਦਾ ਇੱਕ ਉਹੀ ਆਪਣਾ ਹੀ ਸਿਕਰੇਸੀ ਹੁੰਦੀ ਆ ਕਿ ਕੋਈ ਚੀਜ਼ ਸਿਕਰਟ ਨਹੀਂ ਕਰ, ਲੀਕ ਆਊਟ ਨਹੀਂ ਕਰਨੀ, ਜੋ ਕੁਛ ਵੀ ਆਰਮੀ ਦੇ ਉਹ ਰੂਲ ਪੰਜਾਬ ਪੁਲਿਸ ਦੇ ਵਿੱਚ ਕਿਉਂ ਨਹੀਂ ਫੋਲੋ ਕਰਵਾਉਂਦੇ ਜੀ? ਉਹ ਇਸ ਕਰਕੇ ਅੱਜ ਕੱਲ੍ਹ ਜੋ ਬੇਸ ਹੈ ਜੀ, ਬੇਸ ਇਹਦਾ ਇਹ ਹੈ ਕਿ ਜੋ ਪੁਲਿਸ ਹੈ, ਪੁਲਿਸ ਵਿੱਚ ਪੁਲਿਸ ਵੀ ਇੱਕ ਬੈਲਟ ਵਾਲੀ ਸਰਵਿਸ ਹੈ, 24 ਘੰਟੇ ਅੰਡਰ ਕਮਾਂਡ ਸਰਵਿਸ ਹੈ, ਉਹਨੂੰ ਉਹ ਤਾਂ ਡਿਊਟੀ ਜਵਾਨ ਬਹੁਤ ਠੀਕ ਕਰਦੇ ਆ, ਪੁਲਿਸ ਵਾਲੇ ਡਿਊਟੀ ਉਹਦੀ ਕੋਈ ਗਲਤੀ, ਲੇਕਿਨ ਅਸੀਂ ਹਰਾਸ ਕੌਣ ਕਰਦਾ ਕਿ ਬਾਹਰ ਦੀ ਜਦੋਂ ਮੰਨ ਲਿਆ ਫੋਰ ਐਗਜ਼ਾਮਪਲ ਰੋਪੜ ਆਪਣੇ ਡਿਸਟ੍ਰਿਕਟ ਵਿੱਚ ਆਪਣੇ ਇੱਕ ਸਿਪਾਹੀ ਦੀ ਪੋਸਟ ਉੱਥੇ ਲਾ ਦਿੱਤੀ, ਉਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ, ਤਾਂ ਉਹਨੂੰ ਕਿਹਾ ਉਹਨੂੰ ਜਿਹੜੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਕਿਸੇ ਦੀ ਕੋਈ ਗਲਤੀ ਕੰਮ ਕਰਦਾ, ਗਲਤ ਕੰਮ ਕਰਦਾ, ਹੁਣ ਇੱਕ ਪਰਿਵਾਰ ਦੇ 100 ਰਿਸ਼ਤੇਦਾਰ ਆ ਤਾਂ 100 ਵਿੱਚੋਂ ਇੱਕ ਨਾ ਗਲਤੀ ਵੀ ਕਰਨੀ ਆ, ਇੱਕ ਨਾ ਕਿਸੇ ਨਾ ਕੋਈ ਹੋਰ ਕੰਮ ਵੀ ਕਰਨਾ, ਕਿਸੇ ਨਾਲ ਨਸ਼ਾ ਵੀ ਖਾਣਾ, ਕਿਸੇ ਨਾਲ ਨਸ਼ਾ ਵੇਚਣਾ ਵੀ ਹੈ, ਅਗਰ ਉਹਨੂੰ ਪਕੜਦੇ ਪੁਲਿਸ ਤਾਂ ਉਹ ਤਾਂ ਉਹਨਾਂ ਨੂੰ ਛਡਾਉਣੇ ਵਿੱਚ ਰਹਿੰਦਾ, ਅਜਾ ਉਹਨੂੰ ਪਕੜ ਪਲਸ ਪਕੜਦੀ ਬਾਅਦ ਵਿੱਚ ਆ, ਪਹਿਲੇ ਉਹਨੂੰ ਛਡਾਉਣੇ ਦੀਆਂ ਛੁੱਟ ਜਾਂਦੇ ਆ, ਯਾਰ ਇਹਨੂੰ ਛੱਡ ਦਿਓ ਇਹ ਸਾਡਾ ਆਪਣਾ ਬੰਦਾ ਹੈ, ਉੱਥੇ ਕਿਆ ਕਰੇਗੀ ਪੁਲਿਸ? ਕਿਉਂਕਿ ਛੋਟੇ ਲੈਵਲ 'ਤੇ ਇਹ ਕੰਮ ਛੋਟੇ, ਹਾਂ ਛੋਟੇ ਲੈਵਲ 'ਤੇ ਦਿਓ, ਹਾਂ ਲੈਵਲ 'ਤੇ ਤਾਂ ਡਿਸਟ੍ਰਿਕਟ 'ਚ ਲਾਇਆ ਨਹੀਂ ਜਾਂਦਾ, ਡਿਸਟ੍ਰਿਕਟ ਵੱਡੇ ਲੈਵਲ 'ਤੇ ਤਾਂ ਨਹੀਂ ਲੱਗਦਾ, ਲੇਕਿਨ ਜਿਹੜੀ ਛੋਟੀ ਜਿਹੜਾ ਉੱਪਰ ਵਾਲਾ ਲੈਵਲ ਆ, ਥਾਣੇਦਾਰ ਸਾਹਿਬ ਆਇਆ ਜਾਂ ਇਸ ਤੋਂ ਉੱਪਰ ਆ SP, ਉਹ ਵੀ ਉਹਨਾਂ ਦਾ ਜੋ ਨਿਊ ਆ ਉਹ ਛੋਟਿਆਂ ਪਰ ਡਿਪੈਂਡ ਕਰਦੀ ਆ, ਛੋਟੇ ਜਾ ਕੇ ਉਹਨੂੰ ਇਨਫੋਰਮੇਸ਼ਨ ਦਊਂਗੇ, ਸਹੀ ਇਨਫੋਰਮੇ, ਫਲਾਣੀ ਜਗ੍ਹਾ 'ਤੇ ਇਹ ਕੰਮ ਬੰਦਾ ਨਸ਼ਾ ਕਰ ਰਿਹਾ ਜੀ,
ਹੁਣ ਖੁਦ ਤਾਂ ਨਹੀਂ ਆਉਣਗੇ ਨਾ ਅਫਸਰ, ਉਹ ਨੀਚੇ ਤੋਂ ਜਾਏਗੀ, ਜਦੋਂ ਨੀਚੇ 'ਤੇ ਜੇ ਗਲਤ ਚਲੀ ਜਾਏਗੀ ਤਾਂ ਉੱਪਰ ਆਟੋਮੈਟਿਕ ਗਲਤ ਹੋ ਜਾਏਗੀ ਫਿਰ ਉਹ। ਠੀਕ ਹੈ, ਲੋਅਰ ਲੈਵਲ 'ਤੇ ਜਦ ਇਨਫੋਰਮੇਸ਼ਨ ਜਿੰਨੀ ਸਹੀ ਲੋਅਰ ਇਨਫੋਰਮੇਸ਼ਨ ਤੋਂ ਮਿਲਦੀ ਆ, ਸਹੀ ਐਕੂਰੇਟ, ਉਹ ਉੱਪਰ ਤੋਂ ਨਹੀਂ ਜੀ ਮਿਲਦੀ। ਉੱਪਰ ਤੋਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ, ਫਲਾਣੇ ਨੇ ਮੈਨੂੰ ਆ ਕੇ ਦੱਸਿਆ, ਇੱਕ ਹੁੰਦਾ ਹੈ ਫਲਾਣੇ ਜਵਾਨ ਨੇ ਮੈਨੂੰ ਨੀਚੇ ਆ ਕੇ ਦੇਖਿਆ। ਦੇਖਣੇ ਵਿੱਚ ਔਰ ਸੁਣਨੇ ਵਿੱਚ ਫਰਕ ਹੈ ਜੀ, ਬਿਲਕੁਲ। ਛੋਟਾ ਦੇਖਦਾ, ਬੜਾ ਸੁਣਦਾ, ਬਸ ਇਹ ਫਰਕ। ਇਹ ਫਿਰ ਕਾਨੂੰਨ ਨਹੀਂ ਬਣਾਏ ਜਾਂਦੇ ਇਹਦੇ ਬਾਰੇ, ਕਾਨੂੰਨ ਇਹ ਕਾਨੂੰਨ ਉੱਪਰ ਤੋਂ ਬਣਦੇ ਆ ਜਾਂ ਕਿਵੇਂ ਥੱਲੇ ਤੋਂ ਬਣਦੇ ਆ ਜੀ? ਕਾਨੂੰਨ ਮੇਰੇ ਖਿਆਲ ਦੇ ਮੁਤਾਬਕ ਕਾਨੂੰਨ ਨੀਚੇ ਤੋਂ ਬਣਦਾ ਜੀ। ਉਹ ਕਿਵੇਂ ਜੀ? ਨੀਚੇ ਵਾਲਾ ਬੰਦਾ ਕੋਈ ਗਲਤੀ ਕਰੂੰਗਾ, ਇਹਨਾਂ ਆਹ ਗਲਤੀ ਕਰੀ, ਫਿਰ ਉਹਦੇ ਪਰ ਇਨਵੈਸਟੀਗੇਸ਼ਨ ਹੋਊਗਾ ਜੀ, ਵੀ ਇਹ ਗਲਤੀ ਕਿਉਂ ਹੋਈ, ਕਾਹਤੇ ਹੋਈ, ਕਿਸ ਤਰ੍ਹਾਂ ਹੋਈ। ਫਿਰ ਉਹਨੂੰ ਉਸ ਗਲਤੀ ਨੂੰ ਰੋਕਣੇ ਖਾਤਰ ਹਾਇਰ ਫੋਰਮੇਸ਼ਨ ਵਿਚਾਰ ਕਰੂੰਗੀ, ਮੀਟਿੰਗ ਕਰੂੰਗੀ, ਤਾਂ ਉਹਦੇ ਵਿੱਚ ਉਹਦਾ ਤੱਤ ਕੱਢਿਆ ਜਾਏਗਾ। ਉਸ ਤੱਤ ਦੇ ਵਿੱਚ ਜਾ ਕੇ ਫਿਰ ਉਹ ਕਾਨੂੰਨ, ਉਹਨੂੰ ਕਹਿੰਦੇ ਯਾਰ ਇਹਨੂੰ ਐਂ ਕਰੋ, ਅੱਗੇ ਵਾਸਤੇ ਇਹ ਗਲਤੀ ਨਾ ਹੋਏ, ਇਹਨੂੰ ਪੱਕਾ ਹੀ ਰੂਲ ਬਣਾ ਦਿਓ, ਉਹ ਕਾਨੂੰਨ ਬਣ ਜਾਂਦਾ ਜੀ। ਥੱਲੜੇ ਲੈਵਲ 'ਤੇ ਗਲਤੀ ਹੋਈ, ਆਪਾਂ ਨੇ ਗਲਤੀ ਕੀਤੀ, ਉਹਨਾਂ ਦੇ ਦਿਮਾਗ 'ਚ ਫੋਟੋ, ਉਹਨਾਂ ਵਿੱਚ ਦਿਮਾਗ 'ਚ ਫੋਟੋ ਆ ਗਈ, ਉਹ ਕਾਨੂੰਨ ਬਣ ਗਿਆ। ਦੋ ਆਦਮੀ ਦਾ ਝਗੜਾ ਹੋਇਆ, ਕਾਹਤੇ ਹੋਇਆ, ਇਹ ਹੋਇਆ, ਹਾਂਜੀ ਇਹਦਾ ਫਲਾਣੀ ਲਾ ਦਿਓ ਧਾਰਾ, ਬਿਲਕੁਲ ਇਹ ਹੋ ਜਾਂਦਾ। ਅਤੇ ਨੌਜਵਾਨਾਂ ਦੇ ਲਈ ਮੈਂ ਕਹਿੰਦਾ ਜ਼ਰੂਰ ਤੁਸੀਂ ਦੱਸੋ ਉਹਨਾਂ ਨੂੰ ਇੱਕ ਵਾਰ ਬਈ ਕਿਵੇਂ ਆਪਾਂ ਸਿਲੈਕਟ ਹੋ ਸਕਦੇ ਹਾਂ, ਅਤੇ ਨਾਲ ਹੀ ਨਸ਼ੇ ਨੂੰ ਕਿਵੇਂ ਆਪਾਂ ਆਪ ਅੱਗੇ ਹੋ ਕੇ ਕਿਵੇਂ ਠੱਲ ਪਾ ਸਕਦੇ ਹਾਂ, ਇਹ ਸੰਦੇਸ਼ ਜ਼ਰੂਰ ਦਿਓ ਆਖਰ 'ਚ। ਨਸ਼ਾ ਦਾ ਨੌਜਵਾਨ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਪੁਆਇੰਟ ਥੋੜ੍ਹਾ ਕਲੀਅਰ ਕਰ ਦਿੰਦਾ ਜੀ ਕਿ ਫੌਜ ਵਿੱਚ ਭਰਤੀ ਕਿਸ ਤਰ੍ਹਾਂ ਹੋਣਾ। ਫੌਜ ਦਾ ਪਹਿਲਾ ਰੂਲ ਹੈ ਕਿ ਫਿਟਨੈਸ। ਜਿਹੜਾ ਬੱਚਾ ਸਿਵਲ ਦੇ ਵਿੱਚ ਇੱਥੇ ਰੈਗੂਲਰ ਪ੍ਰੈਕਟਿਸ ਕਰਦਾ, ਤੁਹਾਨੂੰ ਪਤਾ, ਸਾਨੂੰ ਸਭ ਨੂੰ ਪਤਾ ਹੁੰਦਾ ਹੈ ਰੂਲਿੰਗ ਦਾ ਕਿ 2 ਕਿਲੋਮੀਟਰ, 1 ਕਿਲੋਮੀਟਰ, 1.5 ਕਿਲੋਮੀਟਰ ਜੋ ਰਨਿੰਗ ਹੋਏਗੀ ਉਹਦਾ ਮਿੰਟ, 5 ਮਿੰਟ, 40 ਸਕਿੰਟ ਹੋਊਗਾ ਉਹਦਾ ਟਾਈਮਿੰਗ, ਉਹਦੇ ਮਿੰਟ ਉਹਦੇ ਉਸ ਟਾਈਮ ਦੇ ਵਿੱਚ ਉਹ ਕਲੀਅਰ ਕਰਨੀ ਆ। ਸਾਰਿਆਂ ਜਵਾਨਾਂ ਨੂੰ ਪਤਾ ਹੁੰਦਾ ਜਿਹਨਾਂ ਨਾਲ ਇਸ ਲਾਈਨ ਪਕੜਨੀ ਆ। ਉਹ ਪ੍ਰੈਕਟਿਸ ਜਦ ਕਰਦਾ ਹੈ ਨਾ, ਉਹ ਜਾਂ ਤਾਂ ਫੁੱਲ ਸਹੀ ਪ੍ਰੈਕਟਿਸ ਨਹੀਂ ਕਰਦਾ। ਤੁਸੀਂ 1000 ਆਦਮੀ ਨੂੰ ਦੜਾਉਂਦੇ ਆ ਤਾਂ ਬੜੀ ਮੁਸ਼ਕਿਲ ਨਾਲ 100 ਬੰਦਾ ਵੀ ਆਪਣੇ 5 ਮਿੰਟ 40 ਸਕਿੰਟ ਦੇ ਵਿੱਚ ਉਸ ਆਪਣੀ ਦੌੜ ਨੂੰ ਕਲੀਅਰ ਨਹੀਂ ਕਰ ਪਾਉਂਦਾ। ਉਹ ਕਿਉਂ? ਕਿ ਉਹਨਾਂ ਨਾਲ ਜਦੋਂ ਆਪ ਇੰਡੀਪੈਂਡੈਂਟਲੀ ਕਮਾਂਡ ਕਰਦੇ ਆ, ਇੰਡੀਪੈਂਡੈਂਟਲੀ ਕੰਮ ਕਰਦੇ ਆ, ਉਹ ਸਹੀ ਕੰਮੇ ਨਹੀਂ ਕਰ ਰਹੇ। ਜਦੋਂ ਕੋਈ ਕਈ ਅੱਜ ਕੱਲ੍ਹ ਅਕੈਡਮੀਆਂ ਖੁੱਲ੍ਹ ਚੁੱਕੀਆਂ ਆਰਮੀ ਨੂੰ ਟ੍ਰੇਨਡ ਦੀਆਂ, ਉਹ ਬਗੈਰਾ ਟਾਈਮ ਲੈ ਕੇ ਟਾਈਮ ਪੀਸ ਪਕੜ ਕੇ ਜਵਾਨਾਂ ਨੂੰ ਦੜਾਉਂਦੇ ਆ, ਟਾਈਮ ਉਹਦਾ ਚੈੱਕ ਕਰਦੇ ਆ, ਫਿਰ ਜਦੋਂ ਉਹ ਆਪਣੇ ਟ੍ਰਾਇਲ ਵਿੱਚ ਜਾਂਦੇ ਆ ਆਰਮੀ ਦੇ ਟ੍ਰਾਇਲ ਵਿੱਚ, ਤਾਂ ਉਹ ਉਹਨਾਂ ਉਹ ਸਿਲੈਕਟ ਹੋ ਜਾਂਦੇ ਆ। ਲੇਕਿਨ ਜਿਹੜੇ ਪਿੰਡਾਂ ਦੇ ਬੱਚੇ ਆ, ਛੋਟੇ ਬੱਚੇ ਆ, ਉਹ ਇਹਨਾਂ ਚੀਜ਼ਾਂ ਵੱਲ ਗੌਰ ਹੀ ਨਹੀਂ ਕਰਦੇ ਜੀ। ਇਸ ਕਰਕੇ ਉਹ ਫਿਰ ਬੀਮ ਕੱਢਣੇ ਆ, ਕੋਈ ਬੰਦਾ ਜਦ ਕੇ ਇੱਕ ਕਿਸਾਨ ਦੇ ਪੁੱਤ ਆ, ਜੱਟਾਂ ਦੇ ਪੁੱਤ ਆ, ਉਹ ਬੀਮ ਕੱਢਣੇ ਉਹਨਾਂ ਖਾਤਰ ਕੋਈ ਬੜੀ ਗੱਲ ਨਹੀਂ ਹੈਗੀ। ਲੇਕਿਨ ਉਹ ਨਹੀਂ ਨਿਕਲਦੇ ਉਹਨਾਂ ਕੋਲੋਂ, ਕਿਉਂ ਨਹੀਂ? ਉਹਨੇ ਬਾਹਾਂ ਵਿੱਚ ਤਾਕਤ ਨਹੀਂ ਹੈ। ਉਹਨਾਂ ਜੋ ਸਮਾਂ ਫਿਜ਼ੀਕਲੀ ਫਿਟਨੈਸ ਪਰ ਲਾਉਣਾ ਸੀਗਾ ਨਾ, ਉਹ ਸਮਾਂ ਪਰਿਵਾਰ ਨੇ ਜਾਂ ਘਰਦਿਆਂ ਨੇ ਨਾ ਗੌਰੀ ਦੀ ਵਜ੍ਹਾ ਨਾਲ ਉਹ ਬੱਚਾ ਨਸ਼ਿਆਂ ਵੱਲ ਗਲਤ ਸਾਈਡ ਨੂੰ ਨਿਕਲ ਗਿਆ। ਮੈਂ ਨਸ਼ਿਆਂ ਵੱਲ ਵੀ ਨਹੀਂ ਕਹੂੰਗਾ, ਉਹ ਗਲਤ ਸਾਈਡ ਨੂੰ ਨਿਕਲਿਆ, ਆਪਣੇ ਸਮੇਂ ਦੀ ਉਹਨਾਂ ਸਹੀ ਕਦਰੇ ਨਹੀਂ ਪਾਈ। ਜਦ ਉਹ ਤਾਂ ਉਹਨੂੰ ਪਤਾ ਵੀ ਸਵੇਰੇ ਮੈਂ ਫਿਜ਼ੀਕਲੀ ਫਿਟਨੈਸ ਵਿੱਚ ਜਾਣਾ, ਮੈਂ 5 ਵਜੇ 6 ਵਜੇ ਉੱਠ ਕੇ ਮੈਂ ਗਰਾਊਂਡ ਵਿੱਚ ਮੋਰਨਿੰਗ ਵਾਕ ਜਾਂ 2 ਕਿਲੋਮੀਟਰ ਦੌੜ ਕੇ ਨਾਲੇ ਬੀਮ ਕੱਢ ਕੇ ਆਉਣੇ ਆ, ਤਾਂ ਉਹ ਬੱਚੇ ਦਾ ਰਸਤਾ ਆਪਣੇ ਆਪ ਸਾਫ਼ ਹੋ ਜਾਂਦਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹਦੇ ਖਾਤਰ ਕੋਈ ਦਿਮਾਗ ਦੀ ਲੋੜ ਵੀ ਨਹੀਂ ਹੈਗੀ, ਤੁਹਾਡੇ ਸਰੀਰ ਦੀ ਲੋੜ ਆ, ਤੁਹਾਡੀ ਐਕਟੀਵਿਟੀ ਦੀ ਲੋੜ, ਪ੍ਰੈਕਟਿਸ ਮੰਗਦਾ, ਪ੍ਰੈਕਟਿਸ ਮੰਗਦਾ।
ਚਲੋ ਬਹੁਤ ਸ਼ੁਕਰੀਆ ਜੀ ਅੱਜ ਦੇ ਲਈ, ਬਹੁਤ ਧੰਨਵਾਦ। ਇਹ ਸਨ ਸੂਬੇਦਾਰ ਨਿਰਮਲ ਸਿੰਘ ਜੀ। ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਮਾਲ ਦੀਆਂ ਗੱਲਾਂ ਨੇ ਇਹਨਾਂ ਦੀਆਂ, ਸੱਚਮੁੱਚ ਤੁਸੀਂ ਜ਼ਰੂਰ ਤੁਹਾਡੇ ਲਈ ਲਾਹੇਵੰਦ ਹੋਣਗੀਆਂ। ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਆਰਮੀ ਦੇ ਵਿੱਚ ਅਤੇ ਨਹੀਂ ਫਿੱਟ ਹੋ ਪਾ ਰਹੇ, ਉਹਨਾਂ ਲਈ ਇਹ ਬਹੁਤ ਹੀ ਮਹੱਤਵਪੂਰਨ ਗੱਲਾਂ ਹੋਣਗੀਆਂ। ਅਤੇ ਨਾਲ ਹੀ ਬਹੁਤ ਵਧੀਆ ਸੁਝਾਅ ਹੈ ਕਿ ਛੋਟੇ ਲੈਵਲ ਤੋਂ ਕੰਮ ਘਪਲਾ ਸ਼ੁਰੂ ਹੁੰਦਾ ਹੈ, ਅਤੇ ਛੋਟੇ ਲੈਵਲ ਦਾ ਸਿਪਾਹੀ ਹੀ ਉਸੇ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ, ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਕਿਉਂਕਿ ਆਰਮੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਵੀ ਇੱਕ ਡਿਸਟ੍ਰਿਕਟ ਦਾ ਬੰਦਾ ਡਿਸਟ੍ਰਿਕਟ ਦੇ ਵਿੱਚ ਹੀ ਹੁੰਦਾ ਹੈ, ਬੇਸ਼ੱਕ ਆਰਮੀ ਪੰਜਾਬ ਦੇ ਵਿੱਚ ਵੀ ਦੇਖੇ ਜਾ ਸਕਦੇ ਨੇ, ਪਰ ਕੋਈ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੇ ਏਰੀਏ ਦੇ ਵਿੱਚ ਨਹੀਂ ਹੁੰਦਾ। ਹਾਲਾਂਕਿ ਆਪਣੇ ਜ਼ਿਲ੍ਹੇ ਵਿੱਚ ਕੀ 2-3 ਜ਼ਿਲ੍ਹਿਆਂ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਤਾਂ ਇਹ ਇੱਕ ਬਹੁਤ ਵਧੀਆ ਇੱਕ ਸੁਝਾਅ ਹੈਗਾ। ਇਹਦੇ ਉੱਤੇ ਸਰਕਾਰ ਨੂੰ ਜ਼ਰੂਰ ਅਮਲ ਕਰਨਾ ਚਾਹੀਦਾ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਔਰ ਹੋਰ ਜਿਹੜੇ ਜ਼ੁਰਮ ਹੈਗੇ ਆ ਜਾਂ ਜਿਹੜੇ ਵੀ ਹੋਰ ਗੱਲਾਂ ਹੁੰਦੀਆਂ ਨੇ ਕਾਨੂੰਨ ਗੈਰ ਕਾਨੂੰਨੀ, ਉਹਨਾਂ ਨੂੰ ਜ਼ਰੂਰ ਨੱਥ ਪਾਈ ਜਾ ਸਕਦੀ ਹੈ। ਜਦੋਂ ਆਪਣੇ ਨਹੀਂ ਹੋਣਗੇ ਦੂਜਾ ਹੋਏਗਾ, ਤਾਂ ਉਦੋਂ ਸਿਫਾਰਿਸ਼ ਵੀ ਕੰਮ ਨਹੀਂ ਕਰੇਗੀ ਅਤੇ ਆਪਣਾਪਣ ਵੀ ਜਿਹੜਾ ਹੈਗਾ ਉਹ ਮਹਿਸੂਸ ਨਹੀਂ ਹੋਏਗਾ। ਇੱਕ ਜਿਵੇਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੇ ਵਿੱਚ ਵਿਗਾੜ ਦੀ, ਵੀ ਉਹ ਵਿਗਾੜਾਂ ਵੀ ਫਿਰ ਭੁਗਤਣੀਆਂ ਨਹੀਂ ਪੈਣਗੀਆਂ ਕਿਸੇ ਨੂੰ। ਇਹੀ ਵਿਗਾੜਾਂ ਕਾਰਨ ਸਾਡਾ ਪੰਜਾਬ ਜਿਹੜਾ ਹੈਗਾ ਹੈ ਉਹ ਅੱਜ ਖਤਰੇ ਦੇ ਵਿੱਚ ਪਿਆ ਹੋਇਆ ਹੈ। ਇਹ ਬਹੁਤ ਵਧੀਆ ਸੁਝਾਅ ਸੀਗਾ, ਸੂਬੇਦਾਰ ਨਿਰਮਲ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ, ਅਤੇ ਅੱਗੇ ਤੋਂ ਕਿਸੇ ਹੋਰ ਨਾਲ ਗੱਲਬਾਤ ਕਰਾਵਾਂਗੇ। ਤਦ ਲਈ ਜਗਦੀਪ ਸਿੰਘ ਥਲਿੰਦੀ ਹੋਈ ਜੀ, ਅਜੇ ਧੰਨਵਾਦ।